ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਅਜੇ ਵੀ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਵੀ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੇ ਅੰਦਰੋਂ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਮੋਬਾਈਲ ਅਮਨ ਕੁਮਾਰ ਅਤੇ ਨੀਰਜ ਹਰਸਾਨਾ ਦੇ ਕੋਲੋਂ ਬਰਾਮਦ ਕੀਤੇ ਗਏ ਹਨ, ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ। ਤੀਸਰਾ ਮੋਬਾਈਲ ਫੋਨ ਭਿੰਦਰ ਸਿੰਘ ਵਾਸੀ ਜਿੰਦਲਪੁਰ ਭਾਰਸੋ ਦੇ ਰਹਿਣ ਵਾਲੇ ਕੋਲੋਂ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਨਾਭਾ ਕੋਤਵਾਲੀ ਦੇ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਸਹਾਇਕ ਸੁਪਰਡੈਂਟ ਦੇ ਬਿਆਨਾਂ 'ਤੇ 3 ਕੈਦੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦਾ ਇਹ 4th ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਇਸ ਮੌਕੇ ਮੰਨਿਆ ਹੈ ਕਿ ਜੇਲ੍ਹਾਂ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਸਦਕਾਂ ਹੀ ਇਹ ਮੋਬਾਈਲ ਜੇਲ੍ਹ ਦੇ ਅੰਦਰ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਕੋਈ ਵੀ ਚੋਰ ਰਸਤਾ ਨਹੀਂ ਹੈ। ਇਹ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ 'ਚੋਂ ਹੁਣ ਕੱਲ੍ਹ ਲੈਟਰ ਵਸੂਲ ਹੋਏ ਸੀ, ਜਿਨ੍ਹਾਂ ਦੇ ਆਧਾਰ 'ਤੇ FIR ਨੰਬਰ 10/2020 ਅਤੇ ਮੁਕੱਦਮਾ ਅਤੇ FIR 11/2020 ਦਰਜ ਰਜਿਸਟਰ ਕੀਤੇ ਗਏ ਨੇ, ਜੋ ਇਹ ਦੋਨੇ ਲੈਟਰ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਅਤੇ ਕੁਲਤਾਰ ਸਿੰਘ ਵੱਲੋਂ ਸਾਨੂੰ ਲਿਖੇ ਗਏ ਸੀ। ਦੋਨਾਂ ਲੈਟਰਾਂ ਦੇ ਦੌਰਾਨ 3 ਦੋਸ਼ੀ ਸੀ ਜਿਨ੍ਹਾਂ ਕੋਲ ਮੋਬਾਈਲ ਫੋਨ ਜਿਹੜੇ ਜੇਲ੍ਹ 'ਚ ਮੋਬਾਈਲ ਫੋਨਾਂ ਦੀ ਸਮਾਰਟਫੋਨ ਦੀ ਵਰਤੋਂ ਕਰਦੇ ਪਾਏ ਗਏ, ਜਿਨ੍ਹਾਂ ਦੇ ਖਿਲਾਫ਼ 52 ਤਹਿਤ ਪਰਚੇ ਦਰਜ ਕੀਤੇ ਤਫਤੀਸ਼ ਕੀਤੀ ਜਾ ਰਹੀ ਹੈ। ਜਿਹੜੇ ਦੋਸ਼ੀ ਨੇ ਵੱਖ ਵੱਖ ਮੁਕੱਦਮੇ ਜੇਲ੍ਹ 'ਚ ਸਜ਼ਾ ਕੱਟ ਰਹੇ ਨੇ ਜਾਂ ਹਵਾਲਾਤੀ ਨੇ। ਇਹ 'ਚ ਮੁਕੱਦਮਾ ਨੰਬਰ 148 ਜਿਹੜਾ ਕਿ 406/420 ਦਾ, ਇਹ ਥਾਣਾ ਡੇਰਾਬੱਸੀ ਦਾ, ਅਤੇ ਦੂਸਰਾ ਮੁਕੱਦਮਾ 99 ਇਹ ਵੀ 419/420/68 ਆ, ਇਹ ਥਾਣਾ ਭਾਸੋਂ ਦਾ, ਜਿਹੜੇ ਕਿ ਦੋਸ਼ੀ ਇਹਨਾਂ ਮੁਕੱਦਮੇ 'ਚ ਚਲਾਨ ਸਜ਼ਾ ਕੱਟ ਰਹੇ ਜਾਂ ਚਲਾ ਹਵਾਲਾਤੀ ਹਨ। ਇਹਨਾਂ ਪਾਸੋਂ ਮੋਬਾਈਲ ਬਰਾਮਦ ਹੋਏ। ਇਸ ਸਾਲ 2020 ਵਿੱਚ ਹੁਣ ਤੱਕ 4 ਮੁਕੱਦਮੇ ਇਹਨਾਂ ਦੇ ਖਿਲਾਫ਼ ਦਰਜ, 4 ਵਾਰਦਾਤ ਅਤੇ ਫੋਨ ਬਰਾਮਦ ਹੋਣ ਵਾਲੀਆਂ FIR ਕੱਟੀਆਂ ਜਾ ਚੁੱਕੀਆਂ, ਅਤੇ ਪਿਛਲੇ ਸਾਲ ਵੀ ਕਾਫ਼ੀ ਸੀਗੇ, ਜਿਹਦੀ ਕੋਈ ਗਿਣਤੀ ਮੇਰਾ 20 ਦੇ ਨੇੜੇ ਤੇੜੇ ਹੋਊਗੀ। ਜੀ, ਕੋਈ ਤਫਤੀਸ਼ ਸਾਹਮਣੇ ਆਇਆ ਕਿਸ ਤਰ੍ਹਾਂ ਮੋਬਾਈਲ ਅੰਦਰ ਜਾਂਦੇ ਜੇਲ੍ਹ? ਮੋਬਾਈਲ ਤਾਂ ਇਹ ਤਫਤੀਸ਼ ਤਾਂ ਇਹੀ ਆ ਰਿਹਾ ਵੀ ਹੋਰ ਜੇਲ੍ਹ ਦੇ ਗੇਟ ਤੋਂ ਅੰਦਰ ਹੋਰ ਕੋਈ ਅੰਦਰ ਜਾਣ ਦਾ ਕੋਈ ਹੀਲਾ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਗੇਟ ਦੇ ਅੰਦਰ ਰਾਹੀਂ ਜਾਂਦੇ ਆ, ਕਿਤੇ ਨਾ ਕਿਤੇ ਇਹਨਾਂ ਦੀ ਹੀ ਜਾਂ ਕਰਮਚਾਰੀਆਂ ਦੀ ਜਾਂ ਹੋਰ ਕਿਸੇ ਅਧਿਕਾਰੀਆਂ ਦੀ ਜਾਂ ਮਿਲੀ ਭੁਗਤ ਹੋ ਸਕਦੀ, ਹੋਰ ਤਾਂ ਕੋਈ ਤਰੀਕਾ ਹੀ ਨਹੀਂ ਅੰਦਰ ਜਾਣ ਦਾ ਫੋਨ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।